खबर सिमरजीत सिंह बैंस ते लगे रेप दे इल्जामां नाल जुड़ी हुई है। औरतां ने थाने पहुंच के हंगामा कीता ते पुलिस ते मामला ना दर्ज करन दे इल्जाम महिला दे वल्लों लगाए गए ने। कोर्ट दे हुक्मां दे बावजूद पुलिस FRI दर्ज नहीं कर रही है। ए कहना है पीड़ित महिला दा। पुलिस ते बैंस नाल मिली भुगत दे भी इल्जाम लगाए गए ने। तुहानू दस दिए कि इस मामले दे विच कोर्ट ने सिमरजीत बैंस खिलाफ FRI दर्ज करन दे हुक्म दिते ने, पर पुलिस दे वल्लों बैंस खिलाफ FRI दर्ज नहीं कीती जा रही है। ए कहना है पीड़ित महिला दा। सो पिछले दिन एक महिला वल्लों सिमरजीत बैंस ते रेप दे इल्जाम लगाए गए सन। मामला कोर्ट च पहुंचा। कोर्ट ने सिमरजीत सिंह बैंस खिलाफ FRI दर्ज करने के आदेश दिए सन। पीड़ित महिला ने थाने पहुंच के हंगामा किया। पुलिस ने FRI ना दर्ज करने के आरोप लगाए ने। ਕਾਨੂੰਨ ਕਿੰਨਾ ਡਾ ਪੁਲਿਸ ਕਿੰਨੀ ਡਾਊਨ ਲੈਵਲ ਤੇ ਨਹੀਂ ਗਿਆ। ਪੁਲਿਸ ਦੇ ਹੱਥਾਂ 'ਚ ਕੁਛ ਵੀ ਨਹੀਂ ਹੈਗਾ। ਜੋ ਵੀ ਆ ਪੋਲੀਟੀਕਲ ਲੀਡਰਾਂ ਦੇ ਹੱਥਾਂ 'ਚ ਆ। ਕਿੰਨੇ ਖਤਰਨਾਕ ਲੋਕ ਨੇ ਤੁਸੀਂ ਖੁਦ ਦੇਖ ਸਕਦੇ ਹੋ। ਪੁਲਿਸ ਵੀ ਉਹਨਾਂ ਨੇ ਪੁਲਿਸ ਗੇਟ ਬੰਦ ਕਰਕੇ ਬਹਿ ਗਈ ਹੈ, ਲਾਈਟ ਬੰਦ ਕਰਕੇ ਡਰ ਗਈ ਆ ਪੁਲਿਸ। ਦੇਖੋ ਪੁਲਿਸ ਵੀ ਡਰਦੀ ਆ, ਇਹਨਾਂ ਦੇ ਇੰਨੇ ਖਤਰਨਾਕ ਬੰਦੇ ਨੇ। ਦੇਖ ਸਕਦੇ ਹੋ ਲੁਧਿਆਣੇ ਦਾ ਹਾਲ ਅੱਗੇ ਅਗਲੇ ਦਿਨਾਂ 'ਚ ਹੋਣਾ ਕੀ ਆ। ਜਿਹਦੇ ਨਾਲ ਕਿ ਸਿਮਰਜੀਤ ਸਿੰਘ ਬੈਲ ਨੇ ਹੁਣ ਪਟੀਸ਼ਨ ਪਾਈ ਆ ਹਾਈ ਕੋਰਟ ਦੇ ਵਿੱਚ, ਸਿੱਟਾ ਦੇ ਦਿਓ ਨਾ ਉਹਨੂੰ। ਬਚਾਉਣ ਲਈ ਤਾਂ FIR ਕਰਦੇ ਨਹੀਂ ਪਏ। ਗੇਟ ਬੰਦ ਕਰ ਲਏ, ਲਾਈਟ ਬੰਦ ਕਰ ਲਈ, ਕੰਪਿਊਟਰ ਬੰਦ ਕਰ ਲਿਆ ਤੇ FIR ਨਹੀਂ ਹੋਣੀ। ਚਲ ਜਾਓ ਕਿਤੇ ਨਾ ਕਿਤੇ ਆਪਣਾ ਸਟੇ ਲੈ ਲੈਣ ਇਸ ਚੀਜ਼ ਤੇ। ਹਾਂਜੀ, ਕਿਤੇ ਨਾ ਕਿਤੇ ਉਹ ਸਟੇ ਲੈਣ ਦੀ ਕੋਸ਼ਿਸ਼ ਕਰ ਰਹੇ। ਉਹੀ ਤਾਂ ਹੀ ਤਾਂ ਵਿਚਾਰ ਹੀ ਨਹੀਂ ਉਹਨੂੰ। ਉਹਨੂੰ ਬਚਾਉਣ ਲਈ ਤਾਂ ਸਿਸਟਮ ਵੀ ਬੰਦ ਹੋ ਗਿਆ, ਲਾਈਟ ਵੀ ਬੰਦ ਹੋ ਗਈ, ਗੇਟ ਵੀ ਬੰਦ ਹੋ ਗਿਆ। ਪੋਲੀਟੀਕਲ ਲੀਡਰ ਇੰਨੇ ਖਤਰਨਾਕ ਹੋ ਚੁੱਕੇ ਆਪਣੇ ਲੁਧਿਆਣੇ ਦੇ ਅੱਗੋਂ। ਕਿ ਦੇਖੋ ਕਿੰਨਾ ਸਟੇਟਸ ਗੰਦਾ ਹੋਣਾ ਲੁਧਿਆਣੇ ਦਾ। FIR ਦੀ ਕਾਪੀ ਲੈਣ ਆਏ ਸੀ, ਪਰ ਇਹ ਇੰਨੇ ਪੋਲੀਟੀਕਲ ਪ੍ਰੈਸ਼ਰ ਵਿੱਚ ਦਬੇ ਹੋਏ ਆ, ਹਾਲੇ ਤਾਈਂ FIR ਕਰਨਾ ਨਹੀਂ ਚਾਹੁੰਦੇ। ਇਹ ਬੈਂਸ ਨੂੰ ਬਚਾਉਣ ਲਈ ਭਾਰਤ ਭੂਸ਼ਣ ਆਸ਼ੂ ਦੇ ਆਦੇਸ਼ 'ਤੇ ਪੈਂਡਿੰਗ ਰੱਖਣਾ ਚਾਹੁੰਦੇ ਆ, ਜਦ ਤੱਕ ਹਾਈਕੋਰਟ ਦੇ ਵਿੱਚ ਆਪਣੀ ਪਟੀਸ਼ਨ 'ਤੇ ਕੋਈ ਨਾ ਕੋਈ ਕਾਰਵਾਈ ਕਰਵਾਉਣ ਦਾ ਉਹਨੂੰ ਮੌਕਾ ਦੇਣਾ ਚਾਹੁੰਦੇ ਆ ਸਿਮਰਜੀਤ ਸਿੰਘ ਬੈਂਸ ਨੂੰ। ਅਤੇ ਹੁਣ ਇੱਧਰ ਵੀ ਬਿਜਲੀ ਹੈਗੀ, ਇੱਧਰ ਵੀ ਬਿਜਲੀ ਹੈ, ਹੁਣ ਸਵਿੱਚ ਆਫ ਕਰਤਾ ਕਹਿੰਦੇ ਕਿ ਜੀ ਬਿਜਲੀ ਹੈ ਨਹੀਂ, ਇਸ ਕਰਕੇ ਸਾਡਾ ਸਿਸਟਮ ਨਹੀਂ ਚੱਲ ਰਿਹਾ। ਦੇਖੋ ਕਿੰਨੀਆਂ ਮਾੜੀਆਂ ਹਰਕਤਾਂ ਹੈ ਕਿ ਤੁਸੀਂ ਇੱਕ ਵਿਕਟਮ ਨੂੰ ਰਿਲੀਫ ਹੀ ਨਹੀਂ ਦੇ ਕੇ ਰਾਜੀ, ਅਦਾਲਤ ਦੇ ਹੁਕਮ ਦੇ ਬਾਅਦ ਨਹੀਂ ਦੇ ਕੇ ਰਾਜੀ, ਤੇ ਬੜਾ ਅਨਫੋਰਚੂਨੇਟ ਇਨਸੀਡੈਂਟ। ਕੀ ਲੱਗਦਾ ਜੀ ਥਾਣੇ ਜਿਹੜੀ ਆਰਡਰਾਂ ਦੀ ਕਾਪੀ ਨਹੀਂ ਪਹੁੰਚ ਚੁੱਕੀ ਆ ਪੁਲਿਸ ਵੱਲੋਂ ਕੋਈ ਟੇਮਟ ਕੀਤੀ ਆ? ਥਾਣਿਆਂ ਦੀ ਕਾਪੀ ਤਾਂ ਰਿਸੀਵ ਹੋਈ ਹੋਈ ਹੈ 7:30 ਵਜੇ ਦੀ, 7 ਤਰੀਕ ਦੀ। ਐਂਡ ਜਿਹੜਾ SHO ਹੈ ਉਹ ਵਿਚਾਰਾ ਡਰਦਾ ਮਾਰਾ ਮੈਡੀਕਲ ਲੀਵ ਲੈ ਕੇ ਭੱਜ ਗਿਆ, ਕਿਉਂਕਿ ਉੱਤੋਂ ਆਦੇਸ਼ ਨਹੀਂ ਕਰ। ਸਿਆਸੀ ਦਬਾਓ ਹੈ ਭਾਰਤ ਭੂਸ਼ਣ ਆਸ਼ੂ ਦਾ ਮੰਤਰੀ ਦਾ। ਤੁਹਾਡੇ ਤੇ ਇਲਜ਼ਾਮ ਲਗਾ ਰਹੇ ਨੇ, ਉਹ ਕਹ ਰਹੇ ਅਕਾਲੀ ਦਲ ਪੋਲੀਟੀਕਲ ਰੰਗਤ ਦੇ ਰਿਹਾ ਕਿ ਫਸਾਇਆ ਜਾ ਰਿਹਾ ਕਿ ਉਹਨਾਂ ਕੋਲ ਹੋਰ ਕਹਿਣ ਨੂੰ ਕੀ ਹੈ? ਪਹਿਲਾਂ ਮੈਨੂੰ ਇੱਕ ਗੱਲ ਦੱਸੋ, ਜਿਹੜਾ ਉਹਨੂੰ ਫੋਨ ਕਰਦਾ ਸੀ ਉਹ ਕੌਣ ਸੀ? ਮੈਂ ਸੀ, ਉਹ ਮੈਂ ਪੋਲੀਟੀਕਲ ਰੰਗਤ 'ਚ ਕਰਾ ਦਿੱਤੇ। ਜਿਹੜਾ SMS ਕਰਕੇ ਇਹਨੂੰ ਬੁਲਾਉਂਦਾ ਸੀ ਭਾਬੀ ਦੇ ਘਰ ਦੇ ਦਫ਼ਤਰ 'ਚ, ਉਹ ਪੋਲੀਟੀਕਲ ਰੰਗਤ ਉਹਦੇ 'ਚ ਕੀ ਹੈ? ਜਿਹੜਾ ਰਿਕਾਰਡ ਹੈ, ਵਲੂਮਨਸ ਰਿਕਾਰਡ ਹੈ, ਇਹਦਾ ਭਰਾ ਇਹਨੂੰ ਫੋਨ ਕਰਦਾ ਸੀ ਉਹ ਕੀ ਹੈ? ਇਹ ਦੇਖੋ, ਇਹ ਗੱਲਾਂ ਕਹਿਣੀਆਂ ਬਹੁਤ ਸੌਖੀਆਂ ਹੈ, ਪਰ ਇਹਦੇ ਨਾਲ ਬਚਾਵ ਨਹੀਂ ਹੋਣਾ। ਮੈਨੂੰ ਤਾਂ ਗਾਲਾਂ ਵੀ ਕੱਢਦੇ, ਮੈਨੂੰ ਤਾਂ ਚੋਰ ਵੀ ਕਹਿੰਦੇ, ਮੈਨੂੰ ਤਾਂ ਰੇਪਿਸਟ ਵੀ ਕਹਿੰਦੇ, ਮੈਨੂੰ ਗੰਜਾ ਖੋਜਾ ਬਿੰਦਾ ਕੀ ਨਹੀਂ ਕਹਿੰਦੇ। ਇਹ ਗੱਲਾਂ ਬੇਕਾਰ ਹੈ, ਇਹ ਵਲਗਰ ਗੱਲਾਂ ਕਰਕੇ, ਜਿਸ ਅਟਰੈਕਟ ਕਰਕੇ ਮੈਨੂੰ ਡਰਾਉਣਾ ਚਾਹੁੰਦੇ ਆ, ਅਤੇ ਇਹਨਾਂ ਨੂੰ ਪਤਾ ਨਹੀਂ ਮੈਂ ਡਰਨ ਵਾਲਾ ਕਰੈਕਟਰ। ਜਿੰਨਾ ਮੈਨੂੰ ਗਾਲ ਕੱਢਣਗੇ ਮੈਂ ਉਨੀ ਮੈਨੂੰ ਸਟਰੈਂਥ ਮਿਲਦੀ। ਆਖਿਰਕਾਰ ਤਾਂ ਕਾਨੂੰਨ ਦੇ ਦਾਇਰੇ 'ਚੋਂ ਲੰਘਣ ਜਿੰਨਾ, ਕਿੰਨੀ ਦੇਰ ਬਚਾ ਡਿਲੇ ਕਰ ਲੈਂਗੇ? ਪਹਿਲਾਂ ਹੀ ਡਿਲੇ ਕਰ ਲਿਆ, 8 ਮਹੀਨੇ ਡਿਲੇ ਕਰ ਲਿਆ, ਕਿੰਨਾ ਹੋਰ ਡਿਲੇ ਕਰ? ਇਹ ਅਦਾਲਤ ਦੇਖੂਗੀ, ਮੇਰਾ ਵਿਸ਼ਵਾਸ ਹੈ ਕਿ ਇਹਨਾਂ ਨੂੰ ਰਿਲੀਫ ਮਿਲਣ ਵਾਲਾ ਨਹੀਂ। ਬਾਕੀ ਅਦਾਲਤ ਜੋ ਤੋਲੂਗੀ ਸੋ ਸਿਰ ਮੱਥੇ। ਕੀ ਕਰ ਸਕਦੇ ਤੁਸੀਂ ਦੱਸੋ ਮੈਨੂੰ? ਜੇ ਤੁਸੀਂ ਇਨਸਾਫ ਮੰਗਣ ਆਓ, ਤੁਹਾਨੂੰ ਡਕੈਤ ਲੁੱਟ ਕੇ ਲੈ ਜਾਣ, ਇਹ ਡਕੈਤਾਂ ਦੇ ਨਾਲ ਰਲੇ ਹੋਣ, ਤੁਹਾਡੀ FIR ਨਾਲ ਕੀ ਕਰੋਗੇ ਤੁਸੀਂ? ਵਟ ਕੈਨ ਯੂ ਡੂ? ਹੈਲਪਲੈਸਨੈਸ ਹੈ ਨਾ ਇਹ, ਜਿਹੜਾ ਬੜਾ ਮਾੜਾ ਹੈ। ਪੂਰੇ ਪੰਜਾਬ ਨੇ ਚੁੱਪੀ ਸਾਧੀ ਹੋਈ ਹੈ, ਕੋਈ ਬੋਲਦੇ ਨਹੀਂ ਇਹਦੇ ਹੱਕ ਦੇ ਵਿੱਚ। ਇਹ ਵੀ ਇੱਕ ਮਾੜਾ ਸੰਕੇਤ ਹੈ ਸੂਬੇ ਦੇ। ਕੋਰਟ ਤੋਂ ਨਹੀਂ ਟੁੱਟਦਾ, ਕੋਰਟ ਤੋਂ ਬੱਝਿਆ ਰਹੂਗਾ। ਦੇਖੋ ਸੇਵੀਅਰ ਕੋਰਟਸ ਹੀ ਹੈ ਆਖਿਰਕਾਰ, ਪਰ ਇੰਡੀਆ ਦੇ ਵਿੱਚ ਗਵਰਨਮੈਂਟਸ ਨੇ ਕੋਰਟਸ ਕ੍ਰੀਏਟ ਘੱਟ ਕੀਤੀਆਂ ਹੋਈਆਂ। ਕੋਰਟਸ 'ਤੇ ਪ੍ਰੈਸ਼ਰ ਬੜਾ, ਕੋਰਟ 'ਤੇ ਕੰਮ ਬੜਾ,
ਜਿਹਦੇ ਕਰਕੇ ਡਿਲੇ ਹੋ ਜਾਂਦਾ ਜਸਟਿਸ। ਬਸ ਐਸੀ ਗੱਲ ਨਹੀਂ, ਜਸਟਿਸ ਮਿਲਦਾ, ਜਸਟਿਸ ਮਿਲੂਗਾ। ਜਿਨੀ ਹੀ ਅਸੀਂ ਜਲਦੀ ਤੋਂ ਜਲਦੀ FIR ਲੌਟ ਕਰਕੇ ਤੁਹਾਨੂੰ ਕਾਫੀ ਮੁਹੱਈਆ ਕਰਾ ਰਹੇ ਹਾਂ। ਮਾਣਯੋਗ ਅਦਾਲਤ ਅਤੇ ਉੱਚ ਅਫਸਰਾਂ ਬਲਾਂ ਦੇ ਹੁਕਮ ਦੀ ਪਾਲਣਾ ਕਰ ਰਹੇ ਹਾਂ। ਅਸੀਂ ਤਾਂ ਲੋਕ ਸੇਵਕ ਹਾਂ, ਲੋਕਾਂ ਦੀ ਸੇਵਾ ਕਰ ਰਹੇ ਹਾਂ। ਤੁਹਾਡੇ ਵਾਸਤੇ, ਲੋਕਾਂ ਵਾਸਤੇ ਅਸੀਂ ਪੁਲਿਸ ਬਣੀ। ਤਿੰਨ ਤੋਂ ਚਾਰ ਦਿਨ ਹੋ ਗਏ ਆਰਡਰ ਆਏ ਨੇ ਸਰ। ਉਹ ਆਰਡਰ ਤਾਂ ਸਾਨੂੰ ਰਿਸੀਵ ਪਰਸੋਂ ਹੋਏ ਨੇ ਸ਼ਾਮੀ, ਅਤੇ ਕੱਲ੍ਹ ਸਾਡੇ ਕੋਈ ਕੰਪਿਊਟਰ ਦੇ ਵਿੱਚ CCNT 'ਚ ਥੋੜ੍ਹਾ ਜਿਹਾ ਫਾਲਟ ਕਰਕੇ ਇਹ FIR ਲੌਂਚ ਨਹੀਂ ਹੋਈ। ਜਲਦੀ ਤੋਂ ਜਲਦੀ ਲੌਂਚ ਕਰਕੇ ਤੁਹਾਨੂੰ ਕਾਫੀ ਮਿਲੇ, ਪਤਾ ਲੱਗਦੀ ਨੈਟ ਤੋਂ ਲੈ ਲਿਓ, ਨੈਟ ਤੋਂ ਲੈ ਲਿਓ। ਦਿਨਾਂ ਵਿੱਚ ਵੀ ਕਾਰਵਾਈ ਕੀਤੀ ਤੁਸੀਂ? ਪਿਛਲੇ ਬੀਤੇ 3 ਦਿਨਾਂ ਦੇ ਵਿੱਚ ਕੋਈ ਵੀ FIR ਦਰਜ ਨਹੀਂ ਕੀਤੀ ਤੁਹਾਡੇ ਸਰ? ਮਾਣਯੋਗ ਅਦਾਲਤ ਦੇ ਹੁਕਮ ਦੀ ਪਾਲਣਾ ਦਾ ਨਹੀਂ, ਸਟੇਟ ਸਪੋਰਟ ਅਸੀਂ 15 ਤਰੀਕ ਤੋਂ ਪਹਿਲਾਂ ਦੇਣੀ, ਉਹੀ ਘਰ ਤੁਹਾਨੂੰ ਕੱਲ ਅੱਜ ਦਰਜ ਕਰਕੇ ਦੇ ਦਿੰਦੇ ਸਰ। ਤੁਸੀਂ ਕਹਿ ਰਹੇ ਹੋ ਵੀ ਟੈਕਨੀਕਲੀ ਫਾਲਟ ਇਸ ਕਰਕੇ ਅਸੀਂ FIR ਲੌਂਚ ਨਹੀਂ ਕਰ ਪਾਏ, ਮੈਂ ਤੁਹਾਨੂੰ ਇਹ ਗੱਲ ਪੁੱਛ ਰਿਹਾ ਵੀ ਪਿਛਲੇ 3 ਦਿਨਾਂ ਤੋਂ ਕਿ ਥਾਣੇ ਡਿਵੀਜ਼ਨ ਨੰਬਰ 6 ਦੇ ਵਿੱਚ ਕੋਈ ਵੀ FIR ਦਰਜ ਨਹੀਂ ਹੋਈ ਜੀ? ਮੁਕਦਮੇ ਤਾਂ ਦਰਜ ਹੋਇਆ, ਪਰ ਹੁਣ ਜਿਹੜਾ ਜਿਹੜਾ ਟੈਕਨੀਕਲ ਫਾਲਟ ਕਰਕੇ ਫੋਨ ਕਰਕੇ ਥੋੜੀ ਜਿਹੀ ਦੇਰੀ ਹੋ ਰਹੀ ਹੈ। ਹੋ ਸਕਦਾ ਯਾਰ ਇਹ ਮੁਕਦਮਾ ਕਿਉਂ ਦਰਜ ਹੋ ਰਿਹਾ? ਨਹੀਂ ਨਹੀਂ, ਸਾਰੇ ਪਰਚੇ ਦਰਜ ਹੋਣਗੇ, ਇਹ ਵੀ ਹੋਏ ਆ, ਬਾਕੀ ਵੀ ਹੋਣਗੇ, ਜਿਹੜੇ ਨਵੇਂ ਹੋਣ ਵਾਲੇ ਉਹ ਵੀ ਹੋਣਗੇ। 7 ਮਹੀਨੇ ਕਦੋਂ ਹੋਊਗਾ? 7 ਮਹੀਨੇ ਨਹੀਂ, ਇਹ ਤਾਂ ਸਾਡੇ ਕੋਲੇ ਆ ਲਈ ਵਾਰੀ ਤੋਂ ਬਾਅਦ। ਅੱਜ ਕੋਰਟ ਨੇ ਆਰਡਰ ਦਿੱਤੇ 7 ਤਰੀਕ ਨੂੰ, ਕੋਰਟ ਦੇ ਆਰਡਰ ਆਏ ਸਾਡੇ ਪਰਚਾ ਦਰਜ ਕਰਨਾ, ਪਰ ਅਸੀਂ ਦਰਜ ਕਰ ਰਹੇ ਹਾਂ ਨਾ, ਕਿਉਂ ਨਹੀਂ ਕਰਵਾਈ ਕਰਦੇ ਕਦੋਂ ਪਰਚਾ ਦਰਜ ਹੋ? ਪਰ ਹੁਣੇ ਕਰ ਰਹੇ, ਮਤਲਬ ਅੱਜ ਕਰ ਦਿੰਦੇ ਜਲਦੀ ਜਲਦੀ, ਜਦੋਂ ਆ ਫਟ ਹੁੰਦਾ ਲਾਈਨ ਤਾਂ ਥੋੜਾ ਜਿਹਾ ਪ੍ਰੋਬਲਮ ਆ, ਲਾਈਨ ਪ੍ਰੋਬਲਮ ਆ। ਪਿਛਲੇ 2 ਦਿਨਾਂ ਚੋਂ ਇਹ ਪਰਚਾ ਕਿਉਂ ਨਹੀਂ ਦਰਜ ਹੋ ਰਿਹਾ? ਸ਼੍ਰੀਮਾਨ ਜੀ, ਸਾਰੇ ਦਰਜ ਹੋਏ, ਇਹ ਵੀ ਹੋਊਗਾ ਕਿ ਦੂਜੇ ਹੋਏ ਨੇ, ਇਹ ਵੀ ਹੋਊਗਾ ਪਰਚਾ ਦਰਜ। ਅੱਜ ਬਸ ਫਾਟ ਥੋੜਾ ਜਿਹਾ ਦੂਰ ਹੁੰਦਾ ਤੇ ਅਸੀਂ FIR ਜਲਦੀ ਤੋਂ ਜਲਦੀ ਤਾਂ ਕਰਕੇ ਤਾਂ ਇਹ ਵੀ ਅਸਲ ਜਿਹੜੇ ਆਏ ਉਹ ਵੀ ਕਹਿ ਰਹੇ ਨੇ ਇਹਦੇ ਵਿੱਚ ਤਾਂ ਮੈਂ ਪ੍ਰੋਸੈਸਰ ਆ, ਮੈਂ ਕੋਈ ਬਿਜਲੀ ਵਾਲਾ ਨਹੀਂ, ਮੈਂ ਕੋਈ ਟੈਕਨੀਸ਼ੀਅਨ ਨਹੀਂ ਗਾ ਜੀ। ਇਹ ਤਾਂ ਹੁਣ ਜਿਹੜਾ ਫਾਲਟ ਆ ਉਹ ਵੀ ਮਕੈਨਿਕ ਦੱਸਣਗੇ ਨਾ, ਉਹ ਹੁਣ ਦੂਰ ਕਰਾ ਕੇ ਜਲਦੀ ਜਲਦੀ ਦੇ ਦਾਂਗੇ। ਚਲੀ ਫਾਲਟ ਆ ਜਿਹੜਾ ਬੈਸ ਦੇ ਖਿਲਾਫ FIR ਦਰਜ ਕਰਨ ਮਿਲੀ ਹੈ ਜਾਂ ਨਹੀਂ? ਨਹੀਂ ਨਹੀਂ, ਇਹ ਤਾਂ ਤੁਹਾਡੀਆਂ ਗੱਲਾਂ ਨੇ, ਇਹਦੇ ਵਿੱਚ ਨਹੀਂ ਹੈ ਕੋਈ, ਇਹ ਤਾਂ ਮਤਲਬ ਤੁਹਾਡੀ ਸਰ ਸਾਡੀਆਂ ਗੱਲਾਂ ਨਹੀਂ, ਕਾਰਵਾਈ ਤੇ ਸਵਾਲ ਉੱਠਦੇ ਨੇ। ਨਹੀਂ, ਅਸੀਂ ਤਾਂ ਸਾਡੇ ਵਾਸਤੇ ਤਾਂ ਸਾਰੇ ਸਨਮਾਨਯੋਗ ਆ, ਤੁਸੀਂ ਵੀ ਉਹ ਪਬਲਿਕ ਵੀ ਆ, ਸਾਰੇ ਸਨਮਾਨਯੋਗ ਆ, ਅਸੀਂ ਤਾਂ ਇੱਜ਼ਤ ਕਰਦੇ। ਬਿਊਰੋ ਰਿਪੋਰਟ, NC7 ਨਿਊਜ਼।